ਅੰਮ੍ਰਿਤਸਰ ਵਿੱਚ ਸੁਨਿਆਰੇ ਨੂੰ ਗੋਲੀ ਮਾਰ ਕੇ 33 ਲੱਖ ਦਾ ਸੋਨਾ ਤੇ 2 ਲੱਖ ਨਕਦੀ ਲੁੱਟੀ। ਅੰਮ੍ਰਿਤਸਰ ਦੇ ਸਭ ਤੋਂ ਪੁਰਾਣੇ ਸੋਨੇ ਦੇ ਕਾਰੋਬਾਰ ਵਾਲੇ ਗੁਰੂ ਬਾਜ਼ਾਰ ਵਿੱਚ ਦੇਰ ਸ਼ਾਮ 3 ਹਥਿਆਰਬੰਦ ਲੁਟੇਰਿਆਂ ਨੇ ਇੱਕ ਸੁਨਿਆਰੇ ਨੂੰ ਗੋਲੀ ਮਾਰ ਕੇ 33 ਲੱਖ ਦੇ ਕਰੀਬ ਸੋਨਾ ਤੇ 1 ਕਿਲੋਗ੍ਰਾਮ ਚਾਂਦੀ ਅਤੇ 2 ਲੱਖ ਨਕਦੀ ਲੁੱਟ ਕੇ ਫਰਾਰ ਹੋ ਗਏ। ਇਸ ਮੌਕੇ ਤੇ ਦੁਕਾਨ ਦੇ ਮਾਲਕ ਪ੍ਰਤਾਪ, ਜ਼ਖਮੀ ਮਹੇਸ਼ ਕੁਮਾਰ ਅਤੇ ਜਾਂਚ ਅਧਿਕਾਰੀ ਨਰਿੰਦਰ ਸਿੰਘ ਨੇ ਕਿਹਾ। ਪ੍ਰਤਾਪ ਮਰਾਠਾ, ਮਹਾਰਾਸ਼ਟਰ, ਹਾਥੀ ਗੇਟ ਕੇ ਅੰਦਰ। ਆਜ ਕਿਆ ਹੁਆ? ਆਜ ਤੀਨ ਲੁਟਰੇ ਆਏ, ਤੀਨੋਂ ਨੇ ਗੋਲੀ ਚਲਾਈ ਔਰ ਲੁੱਟ ਕੇ ਲੈ ਗਏ। ਕਿੱਥੇ ਆਏ? ਕਿਤੇ ਬੰਡਤ ਵਾਲੀ ਗਲੀ ਗੁਰੂ ਬਾਜ਼ਾਰ। ਤੇ ਕਿੰਨੇ ਤੇ ਲੱਗੀ ਗੋਲੀ? ਉਸਕੇ ਪਟ ਪੇ ਲੱਗੀ, ਰਮੇਸ਼ ਕੇ। ਰਮੇਸ਼ ਨਾਮ, ਹਮ ਰਮੇਸ਼ ਬੋਲਤੇ, ਉਸਕਾ ਨਾਮ ਮਹੇਸ਼ ਹੈ। ਕਿਤਨੇ ਕੀ ਲੁੱਟ ਹੋਈ? 33 ਲੱਖ ਕੇ ਆਸਪਾਸ। ਕਿਆ ਕਿਆ ਸਮਾਨ ਥਾ ਉਸਮੇ? 33 ਲੱਖ ਕਾ ਸੋਨਾ ਥਾ, 2 ਲੱਖ ਰੁਪਏ ਕੈਸ਼। ਮਤਲਬ ਟੋਟਲ 35 ਲੱਖ ਕੀ ਹੈ? ਹਾਂ, ਇਹ ਸਾਰਾ ਇਧਰ ਕਾ ਨਾ 10-10 ਕੇ, ਕਮ ਸੇ ਕਮ 20-25 ਹਜ਼ਾਰ, ਔਰ ਅੰਦਰ ਸੇ 2 ਲੱਖ ਰੁਪਏ ਕੇ ਆਸਪਾਸ ਲੈ ਗਏ। ਉਹ ਕਿਤਨੇ ਲੋਕ ਥੇ? ਤੀਨ। ਤੀਨ ਲੋਕ ਥੇ? ਹਾਂ। ਔਰ ਗੋਲੀ ਕਿਸ ਕੋ ਲੱਗੀ ਹੈ? ਮੈਂ ਰਮੇਸ਼ ਕੋ, ਜਿਸ ਕਾ ਨਾਮ ਮਹੇਸ਼ ਹੈ। ਪੁਲਿਸ ਕੋ ਕਿਆ? ਵੋ ਯਹਾਂ ਪੇ ਕਿਆ ਹੈ? ਉਹ ਮੇਰੇ ਪਾਸ ਨੌਕਰੀ ਕਰਦਾ ਹੈ, ਆਜ 8-10 ਸਾਲ ਹੋ ਗਿਆ। ਤੋ ਅਭੀ ਕਹਾਂ ਪੇ ਲੇ ਗਏ ਉਸਕੋ? ਉਸਕੋ ਹਸਪੀਟਲ ਲੈ ਗਏ। ਗੋਲੀ ਕਹਾਂ ਪੇ ਲੱਗੀ ਹੈ? ਪਟ ਪੇ ਲੱਗੀ ਹੈ। 4-5 ਲੋਕ ਆਏ ਥੇ, 6 ਲੋਕ ਥੇ ਸਾਰੇ ਲੋਕ। ਅੰਦਰ ਆਤੇ ਹੀ ਬਸ ਗੋਲੀ ਚਲਾਈ, ਸਾਰਾ ਸਮਾਨ ਲੈ ਗਏ ਉਠਾ ਕੇ। ਕਿਤਨਾ ਸਮਾਨ ਥਾ? ਸਮਾਨ ਤੋ ਵੈਸੇ ਉਨਕੋ ਹੀ ਪਤਾ ਹੈ, ਮਗਰ ਫਿਰ ਵੀ ਹਮਾਰੇ ਅੰਦਾਜ਼ ਸੇ ਕਮ ਸੇ ਕਮ 30-40 ਲੱਖ ਰੁਪਏ ਥਾ। ਤੋ ਕਹਾਂ ਪੇ ਗੋਲੀ ਲੱਗੀ ਹੈ? ਗੋਲੀ ਹਮਾਰੇ ਪੈਰ ਮੇ ਲੱਗੀ ਹੋਈ। ਪੈਰ ਕੇ ਪਾਸ ਲੱਗੀ ਹੈ? ਹਾਂ, ਪੈਰ ਮੇ ਲੱਗੀ ਹੋਈ। ਬਿਲਕੁਲ। ਆਪ ਉਨਕੋ ਪਹਿਚਾਨਤੇ ਹੋ? ਨਹੀਂ, ਉਨਕੋ ਨਹੀਂ ਪਹਿਚਾਨਤਾ ਹੂੰ। ਪਹਿਲੇ ਕਭੀ ਦੇਖਾ ਹੋ? ਨਹੀਂ, ਵੈਸੇ ਤੋ ਮੇਰੇ ਕੋ ਉਤਨਾ ਯਾਦ ਨਹੀਂ ਹੈ। ਗੁਰੂ ਬਾਜ਼ਾਰ ਆਪਣਾ ਪ੍ਰਤਾਪ ਮਰਾਠਾ ਸੀਗੇ, ਉਹਨਾਂ ਦੀ ਦੁਕਾਨ ਦੇ ਉੱਤੇ ਰਮੇਸ਼ਕ ਨਾਂ ਦਾ ਯੂਪੀ ਦਾ ਰਹਿਣ ਵਾਲਾ ਹੈ, ਕਾਫੀ ਦੇਰ ਤੋਂ ਕੰਮ ਕਰਦਾ ਆ ਰਿਹਾ ਹੈ। ਅਤੇ ਇਹ ਸ਼ਾਮ ਨੂੰ ਕੋਈ 3 ਕੁ ਨੌਜਵਾਨ ਜਿਹੜੇ ਆਏ ਨੇ ਮੋਟਰਸਾਈਕਲ ਉੱਤੇ, ਉਹਨਾਂ ਨੇ ਆਣ ਕੇ ਕੋਈ ਫਾਰਮ ਵਗੈਰਾ ਕੀਤੀ ਹੈ। ਉਹਦੇ ਜਿਹੜੇ ਇਹਨਾਂ ਦਾ ਨੌਕਰ ਸੀਗਾ ਰਮੇਸ਼, ਉਹਦੇ ਪੱਟ ਦੇ ਵਿੱਚ ਲੱਗੀ, ਆਰ ਪਾਰ ਹੋ ਗਈ ਹੈ, ਆਊਟ ਆਫ ਡੇਂਜਰ ਹੈ, ਉਹਨੂੰ ਇਲਾਜ ਵਾਸਤੇ ਹਸਪਤਾਲ ਭਰਤੀ ਕਰਵਾਇਆ ਗਿਆ। ਬਾਕੀ ਅਸੀਂ ਸਾਰੀ CCTV ਫੁਟੇਜ ਵੇਖ ਕੇ, ਮੌਕੇ ਤੋਂ ਜੋ ਵੀ ਕਲਿਊਜ਼ ਹੈਗੇ ਨੇ ਉਹ ਵੇਖ ਕੇ, ਅਸੀਂ ਪੂਰੀ ਗੰਭੀਰਤਾ ਨਾਲ ਜਿਹੜੀ ਇਹ ਤਫਤੀਸ਼ ਅਮਲ 'ਚ ਲਿਆ ਰਹੇ ਹਾਂ, ਪਰਚਾ ਦਰਜ ਕਰ ਰਹੇ ਹਾਂ, ਜੋ ਵੀ ਤਫਤੀਸ਼ 'ਚ ਗੱਲ ਸਾਹਮਣੇ ਆਈ ਅਤੇ ਉਹਦੇ ਮੁਤਾਬਕ ਅਸੀਂ ਕਾਰਵਾਈ ਜਿਹੜੀ ਕਰ ਰਹੇ ਹਾਂ, ਅਤੇ ਜਲਦੀ ਜਲਦੀ ਦੋਸ਼ੀਆਂ ਨੂੰ ਅਸੀਂ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅੱਜ ਅਸੀਂ ਹੁਣ ਤੋਂ ਲਾ ਲਓ ਕੋਈ ਪਹਿਲੇ 50 ਘੰਟੇ ਪਹਿਲੇ, 50 ਮਿੰਟ ਪਹਿਲੇ। ਕਿੰਨੇ ਲੱਖ ਦੀ ਚੋਰੀ? ਨਹੀਂ, ਇਹ ਛਾਣਬੀਨ ਚੱਲ ਰਹੀ ਹੈ ਜੀ। ਸੋਨਾ ਕਿੰਨਾ ਗਿਆ ਜੀ? ਹਾਂ, ਉਹ ਕਰ ਰਹੇ ਹਾਂ ਜੀ ਸਾਰੀ ਤਫਤੀਸ਼। ਕਿੰਨਾ ਦੱਸਿਆ ਵੈਸੇ ਦੁਕਾਨਦਾਰ ਨੇ? ਕਿੰਨਾ? ਹਾਂ, ਕੋਈ 1000-1100 ਗ੍ਰਾਮ ਦੇ ਦੱਸ ਰਹੇ ਨੇ ਜੀ। ਅੱਗੇ ਜਿਹੜੀ ਇਹ ਹੁਣ ਵੇਖਦੇ ਹਾਂ ਜੀ ਉੱਥੇ ਜਾ ਕੇ ਮੌਕੇ 'ਤੇ।